ਪੰਜਾਬੀ ਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਪਸੰਦੀਦਾ ਪ੍ਰੋਗਰਾਮ ਫਿਲਮੀ ਕੀੜਾ ਦੇ ਵਿੱਚ। 2012 ਤੋਂ ਲੈ ਕੇ 2019 ਤੱਕ ਹਾਸਰਸ ਨਾਲ ਭਰਪੂਰ ਫਿਲਮਾਂ ਸਾਡੀ ਪੰਜਾਬੀ ਇੰਡਸਟਰੀ ਨੇ ਸਾਨੂੰ ਬਹੁਤ ਦਿੱਤੀਆਂ ਨੇ, ਪਰ ਇਸ ਮੋੜ ਨੂੰ ਮੋੜਾ ਕੱਢਦੀਆਂ ਹੋਈਆਂ ਬਹੁਤ ਹੀ ਘੱਟ ਫਿਲਮਾਂ ਸਾਡੇ ਦਰਮਿਆਨ ਆਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਜੀ 2016 ਦੇ ਵਿੱਚ ਬਣੀ ਹੋਈ ਫਿਲਮ ਬਾਈ ਗਿੱਪੀ ਗਰੇਵਾਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਅਰਦਾਸ। ਅਰਦਾਸ ਫਿਲਮ ਨੂੰ ਤੁਸੀਂ ਸਾਰਿਆਂ ਨੇ ਭਰਮਾ ਹੁੰਗਾਰਾ ਦਿੱਤਾ ਸੀ। ਅਰਦਾਸ ਫਿਲਮ ਨੂੰ ਮਿਲੀ ਭਰਪੂਰ ਸਫਲਤਾ ਦੇ ਨਾਲ ਹੀ ਗਿੱਪੀ ਗਰੇਵਾਲ ਬਾਈ ਨੇ ਸੋਚ ਲਿਆ ਸੀ ਕਿ ਇਸ ਫਿਲਮ ਦਾ ਸੀਕਲ ਜ਼ਰੂਰ ਬਣਾਇਆ ਜਾਵੇਗਾ, ਅਤੇ ਉਦੋਂ ਹੀ ਉਹਨਾਂ ਨੇ ਇਸ ਫਿਲਮ ਦਾ ਪੋਸਟਰ ਸੀ ਜਿਹੜਾ ਉਹ ਰਿਲੀਜ਼ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਾਈ ਗਿੱਪੀ ਗਰੇਵਾਲ ਅਰਦਾਸ ਕਰਾਂ ਫਿਲਮ ਦੇ ਉੱਤੇ ਮਿਹਨਤ ਕਰ ਰਹੇ ਨੇ, ਅਤੇ ਹੁਣ ਉਹ ਮਿਹਨਤ ਸਾਡੇ ਸਾਰਿਆਂ ਦੇ ਸਾਹਮਣੇ ਆਉਣ ਜਾ ਰਹੀ ਹੈ ਜੀ। ਅਰਦਾਸ ਕਰਾਂ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਰਿਲੀਜ਼ ਹੋ ਚੁੱਕਿਆ, ਆ ਜਾਓ ਦੇਖਦੇ ਹਾਂ ਟੀਜ਼ਰ ਦੀਆਂ ਕੁਝ ਝਲਕਾਂ। ਨਾਲ ਨਾਲ ਚੱਲਦੇ ਨੇਰਾ ਪਟ ਕੌਣ ਨਾ ਦਿੰਦੇ ਜੀ, ਸਤਿਗੁਰ ਬਹੁਤ ਹੀ ਸੋਹਣੇ ਵਿਸ਼ਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਈ ਗਿੱਪੀ ਗਰੇਵਾਲ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਵੀ ਹੋਏ ਸੀ, ਭਾਵੇਂ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਭਾਵੇਂ ਉਹ ਡਰੱਗ ਦਾ ਮੁੱਦਾ ਹੋਵੇ, ਭਾਵੇਂ ਉਹ ਛੋਟੀ ਕਿਸਾਨੀ ਦਾ ਮੁੱਦਾ ਹੋਵੇ, ਭਾਵੇਂ ਬੈਂਕ ਲੋਨਾਂ ਦਾ ਜਾਂ ਫਿਰ ਛੋਟੇ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਹੋਵੇ, ਹਰ ਇੱਕ ਬਰੀਕੀ ਦੇ ਵਿੱਚ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਰਦਾਸ ਕਰਾਂ ਫਿਲਮ ਤੋਂ ਵੀ ਸਾਨੂੰ ਉਸ ਤੋਂ ਵੱਧ ਕੇ ਉਮੀਦਾਂ ਨੇ ਕਿ ਇਸ ਤੋਂ ਵੀ ਕਿਤੇ ਚੰਗੇ ਵਿਸ਼ਿਆਂ ਨੂੰ ਲੈ ਕੇ ਅਤੇ ਉਹਨਾਂ ਦਾ ਹੱਲ ਸਾਨੂੰ ਦੇਣ ਦੀ ਬਾਈ ਗਿੱਪੀ ਗਰੇਵਾਲ ਨੇ ਕੋਸ਼ਿਸ਼ ਕੀਤੀ ਗਈ ਹੋਊਗੀ। ਬਾਈ ਰਾਣਾ ਰਣਵੀਰ ਨੇ ਡਾਇਲੋਗ ਲਿਖੇ ਨੇ, ਪਹਿਲਾਂ ਵਾਲੀ ਫਿਲਮ ਦੇ ਡਾਇਲੋਗਾਂ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਤੁਹਾਨੂੰ ਇਸ ਫਿਲਮ ਤੋਂ ਕਿੰਨੀਆਂ ਕੁ ਉਮੀਦਾਂ ਨੇ ਸਾਨੂੰ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸਣਾ, ਅਤੇ ਪੰਜਾਬੀ ਆਰਟ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਕਿਸੇ ਅਗਲੇ ਮਸਾਲੇ ਦੇ ਨਾਲ ਤੁਹਾਡੇ ਪਸੰਦੀਦਾ ਪ੍ਰੋਗਰਾਮ ਫਿਲਮੀ ਕੀੜਾ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।